ਸਤਿ ਸ਼੍ਰੀ ਅਕਾਲ ਜੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਖਾਸ ਬੁਲੇਟਿਨ 10 ਵਜੇ 10 ਸ਼ਹਿਰ ਦੀਆਂ ਤਾਜ਼ਾ ਖਬਰਾਂ ਦੇ ਨਾਲ ਮੈਂ ਹਰਸ਼ਰਨ ਕੌਰ ਤੁਹਾਡੇ ਸਭ ਦੇ ਰੂਬਰੂ ਹਾਂ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲੀ ਖਬਰ ਹੈ ਸਾਂਝੀ ਪਾਰਲੀਮਾਨੀ ਕਮੇਟੀ ਪੰਜਾਬ ਦੌਰੇ ਤੇ ਹੈ ਜਿਸ ਦੇ ਦੌਰਾਨ ਇਹ ਕਮੇਟੀ ਅੱਜ ਅੰਮ੍ਰਿਤਸਰ ਪਹੁੰਚੀ ਹੈ ਕਮੇਟੀ ਨੇ ਅੰਮ੍ਰਿਤਸਰ ਪਹੁੰਚ ਕੇ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਜਾਣਕਾਰੀ ਮੁਤਾਬਕ ਸਾਂਝੀ ਪਾਰਲੀਮਾਨੀ ਕਮੇਟੀ ਹਯਾਤ ਹੋਟਲ ਵਿੱਚ ਥੋੜੀ ਦੇਰ ਬਾਅਦ ਕਿਸਾਨ ਆਗੂਆਂ ਨਾਲ ਮੁਲਾਕਾਤ ਕਰੇਗੀ ਇਸ ਦੇ ਨਾਲ ਨਾਲ ਇਹ ਵੀ ਜਾਣਕਾਰੀ ਹੈ ਕਿ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਤੇ ਚੀਫ ਸੈਕਟਰੀ ਦੇ ਨਾਲ ਵੀ ਜੇਪੀਸੀ ਮੀਟਿੰਗ ਕਰੇਗੀ ਦੱਸ ਦਈਏ ਕਿ ਬੀਤੇ ਦਿਨ ਗੁਰਦਾਸਪੁਰ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਸਰਹੱਦੀ ਖੇਤਰਾਂ ਦਾ ਦੌਰਾ ਕੀਤਾ ਸੀ ਸਾਂਝੀ ਪਾਰਲੀਮਾਨੀ ਕਮੇਟੀ ਨੇ ਸਾਂਝੀ ਪਾਰਲੀਮਾਨੀ ਕਮੇਟੀ ਦੇ ਵਿੱਚ ਪ੍ਰਦੀਪ ਭੱਟਾਚਾਰੀਆ ਜੋ ਕਿ ਚੇਅਰਮੈਨ ਨੇ ਕਮੇਟੀ ਦੇ ਉਹ ਪਹੁੰਚੇ ਹੋਏ ਨੇ ਇਸ ਦੇ ਨਾਲ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਨਾਲ ਮੌਜੂਦ ਨੇ ਜੋ ਕਿ ਕਮੇਟੀ ਦੇ ਮੈਂਬਰ ਨੇ ਤੇ ਅੱਜ ਕਮੇਟੀ ਦਾ ਅੰਮ੍ਰਿਤਸਰ ਦੌਰਾ ਹੈ ਕਿਸਾਨ ਆਗੂਆਂ ਨਾਲ ਮੁਲਾਕਾਤ ਹੋਏਗੀ ਨਾਲ ਨਾਲ ਡੀਜੀਪੀ ਪੰਜਾਬ ਤੇ ਚੀਫ ਸੈਕਟਰੀ ਨਾਲ ਵੀ ਕਮੇਟੀ ਮੀਟਿੰਗ ਕਰਨ ਜਾ ਰਹੀ ਹੈ ਅੱਜ ਸਾਂਝੀ ਪਾਰਲੀਮਾਨੀ ਕਮੇਟੀ ਤੇ ਚੇਅਰਮੈਨ ਪ੍ਰਦੀਪ ਭੱਟਾਚਾਰੀਆ ਨੇ ਕਿਹਾ ਕਿ ਸੁਰੱਖਿਆ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਮਾਮਲਾ ਕਾਫੀ ਗੁੰਝਲਦਾਰ ਹੈ ਇਸ ਲਈ ਸੂਬਾ ਸਰਕਾਰ ਨੂੰ ਇੱਕ ਕਮਿਸ਼ਨ ਬਣਾਉਣਾ ਚਾਹੀਦਾ ਹੈ ਜਦਕਿ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਉਮੀਦ ਜਤਾਈ ਹੈ ਕਿ ਕਮੇਟੀ ਦੀ ਰਿਪੋਰਟ ਤੋਂ ਬਾਅਦ ਸਰਹੱਦੀ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਨਿਕਲੇਗਾ ਥੋੜਾ ਕੰਪਲਿਕੇਟਿਡ ਚੀਜ਼ ਹੈ ਇਸ ਈਜ਼ੀ ਸਬਜੈਕਟ ਹੈ ਨਹੀਂ ਕਿਉਂਕਿ ਕਿਉਂ ਲੈਂਡ ਹੈ ਜੋ ਲੈਂਡ ਹੈ ਗਵਰਨਮੈਂਟ ਆਫ ਇੰਡੀਆ ਕਾ ਮਿਲਟਰੀ ਕਾ ਕੋਈ ਗਵਰਨਮੈਂਟ ਪੰਜਾਬ ਕਾ ਹੈ ਕੋਈ BSF ਕਾ ਹੈ ਕੋਈ ਆਲਾ ਕਾਲਾ ਕਾ ਕੋਈ ਕਲੋ ਕਾ ਹੈ ਰੇਲਵਾ ਵੀ ਹੈ ਰੇਲਵੇ ਵੀ ਥੋੜਾ ਜ਼ਮੀਨ ਹੈ ਤੋ ਇਹ ਸਭ ਕੋ ਲੈ ਕਰਕੇ ਇੱਕ ਅਮਰੇਲਾ ਕਾ ਅੰਦਰ ਮੇ ਲੈ ਕੇ ਕੈਸੇ ਇਸਕੋ ਠੀਕ ਠਾਕ ਕਰੇਗਾ ਇਹ ਤੋ ਬਹੁਤ ਕੰਪਲੀਕੇਟਿਡ ਸਬਜੈਕਟ ਹੈ ਆਈ ਕਾਂਟ ਟੇਲ ਦੈਟ ਇਟ ਕੈਨ ਬੀ ਸ਼ੋਰਟਡ ਆਊਟ ਇਮੀਡੀਏਟਲੀ ਬਟ ਆਈ ਵੁੱਡ ਰਿਕੁਐਸਟ ਦ ਸਟੇਟ ਗਵਰਨਮੈਂਟ ਟੂ ਫੋਰਮ ਏ ਕਮਿਸ਼ਨ ਟੂ ਸ਼ੋਰਟ ਆਊਟ ਆਲ ਦੀਸ ਪ੍ਰੋਬਲਮਸ If the state government and the chief secretary under the leadership of the chief secretary, a commission is being formed, then all the other agencies will come and they can sit together and sort it out. Aur jo hamare kisanon ki mushkilein hain, uska samadhan unko special allowance dene ke liye aur education aur health services ko improve karne ke liye, sadkon ko mazboot karne ke liye, jo inhone dekha hai, main samajhta hu wo commission ki report ke baad ये इम्प्लीमेंट हो जाएगा हाँ वो भी चल रहा है कई बातें रिव्यू हो रही हैं और फेंसिंग भी रिव्यू हो रही है ਸਾਂਝੀ ਪਾਰਲੀਮਾਨੀ ਕਮੇਟੀ ਦਾ ਕੀ ਖਾਸ ਮੁੱਦਾ ਹੈ ਪੰਜਾਬ ਦੌਰੇ ਦਾ ਇਸ ਸੰਬੰਧੀ ਜ਼ਿਆਦਾ ਜਾਣਕਾਰੀ ਲਈ ਮੇਰੇ ਸਹਿਯੋਗੀ ਰਾਜਨ ਗੁਸਾਈ ਫੋਨ ਲਾਈਨ ਤੇ ਮੌਜੂਦ ਨੇ ਜੀ ਰਾਜਨ ਕਮੇਟੀ ਅੱਜ ਕਿਸਾਨਾਂ ਨਾਲ ਮੁਲਾਕਾਤ ਕਰਨ ਜਾ ਰਹੀ ਹੈ ਇਸ ਦੇ ਨਾਲ ਨਾਲ ਡੀਜੀਪੀ ਸੁਰੇਸ਼ ਅਰੋੜਾ ਦੇ ਨਾਲ ਵੀ ਮੁਲਾਕਾਤ ਹੋਣੀ ਹੈ ਸੋ ਕੀ ਮੁੱਖ ਮੁੱਦਾ ਹੈ ਕੀ ਮਕਸਦ ਹੈ ਇਸ ਕਮੇਟੀ ਦਾ ਕੀ ਸਰਹੱਦੀ ਖੇਤਰਾਂ ਦੀ ਸੁਰੱਖਿਆ ਮੁੱਖ ਮੁੱਦਾ ਹੈ ਜੀ ਬਿਲਕੁਲ ਸ਼ਰਨਾ ਜਿਹੜੀ ਕਮੇਟੀ ਕੱਲ ਤੋਂ ਅੰਮ੍ਰਿਤਸਰ ਪੰਜਾਬ ਦੌਰੇ ਤੇ ਆਈ ਹੈ ਕੱਲ ਪਠਾਨਕੋਟ ਏਅਰਬੇਸ ਤੇ ਵੀ ਗਏ ਸੀ ਜਿੱਥੇ ਹਮਲਾ ਆਇਆ ਸੀ ਇਸ ਤੋਂ ਇਲਾਵਾ ਬਾਰਡਰ ਏਰੀਆ ਦਾ ਉਹਨਾਂ ਨੇ ਦੌਰਾ ਕੀਤਾ ਔਰ ਕਿਹੜੀ ਕਿਹੜੀ ਦਰਪੇਸ਼ ਮੁਸ਼ਕਲਾਂ ਨੇ ਚਾਹੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਜਾਂ ਸੁਰੱਖਿਆ ਏਜੰਸੀਆਂ ਦੀ ਜਾਂ BSF ਦੀ ਤੇ ਉਹਨਾਂ ਸਾਰਿਆਂ ਦਾ ਇਹਨਾਂ ਨੇ ਇੱਕ ਰਿਵਿਊ ਕੀਤਾ ਔਰ ਕਾਫੀ ਜ਼ਿਆਦਾ ਇੱਕ ਰਿਪੋਰਟ ਜਿਹੜੀ ਆ ਉਹ ਤਿਆਰ ਕੀਤੀ ਜਾਏਗੀ ਔਰ ਅੱਜ ਜੇ ਗੱਲ ਕੀਤੀ ਜਾਵੇ ਕਮੇਟੀ ਜਿਹੜੀ ਅੱਜ ਹਯਾਤ ਹੋਟਲ ਦੇ ਵਿੱਚ ਕਿਸਾਨ ਆਗੂਆਂ ਦੇ ਨਾਲ ਇੱਕ ਮੀਟਿੰਗ ਕਰ ਰਹੀ ਹੈ ਤਾਂ ਕਿ ਕਿਸਾਨਾਂ ਦੀ ਜਿਹੜੀ ਸਮੱਸਿਆਵਾਂ ਦੇ ਪ੍ਰੋਬਲਮ ਸੀ ਉਹਨਾਂ ਨੂੰ ਜੀ ਰਾਜਨ ਕਦੋਂ ਤੱਕ ਇਹ ਮੀਟਿੰਗ ਸ਼ੁਰੂ ਹੋਣੀ ਹੈ ਕਿਸਾਨਾਂ ਦੇ ਨਾਲ ਤੇ ਕਿਹੜੇ ਕਿਹੜੇ ਆਗੂ ਨੇ ਜਿਹੜੇ ਪਹੁੰਚ ਰਹੇ ਨੇ ਮੁੱਖ ਤੌਰ ਤੇ ਜੀ ਜਿਹੜੀ ਇਹ ਮੀਟਿੰਗ ਆ ਕੁਝ ਦੇਰ ਦੇ ਵਿੱਚ ਹੀ ਇੱਥੇ ਜਿਹੜੀ ਆ ਸ਼ੁਰੂ ਹੋ ਜਾਏਗੀ ਜੇਪੀਸੀ ਇੱਥੇ ਪਹੁੰਚ ਚੁੱਕੀ ਹੈ ਹੋਟਲ ਦੇ ਵਿੱਚ ਔਰ ਕਿਸਾਨ ਵੱਖ ਵੱਖ ਜਥੇਬੰਦੀਆਂ ਔਰ ਜਿਹੜੇ ਸੀਮਾ ਖੇਤਰ ਦੇ ਜਿਹੜੇ ਕਿਸਾਨ ਨੇ ਜਿਨ੍ਹਾਂ ਦੀ ਜ਼ਮੀਨ ਜਿਹੜੀ ਹੈ ਤਾਰਾ ਤੋਂ ਪਾਰ ਉਹ ਕਿਸਾਨ ਵੀ ਇੱਥੇ ਆ ਕੇ ਮਿਲ ਰਹੇ ਨੇ ਉਸ ਤੋਂ ਬਾਅਦ ਸੁਰੇਸ਼ ਅਰੋੜਾ ਜਿਹੜੇ ਆ ਡੀਜੀਪੀ ਨੇ ਉਹਨਾਂ ਦੇ ਨਾਲ ਮੀਟਿੰਗ ਹੋਏਗੀ ਤਾਂ ਕਿ ਜਿਹੜੇ ਡਿਫੈਂਸ ਲਾਈਨ ਜਿਹੜੀ ਹੈ BSF ਦੀ ਉਸ ਤੋਂ ਬਾਅਦ ਜਿਹੜੀ ਸੁਰੱਖਿਆ ਦੇ ਇੰਤਜ਼ਾਮ ਕਿਸ ਤਰ੍ਹਾਂ ਕੀਤੇ ਜਾਣ ਕੀ ਪ੍ਰਬੰਧ ਕੀਤੇ ਜਾਣ ਇਹਨਾਂ ਸਾਰਿਆਂ ਤੇ ਇੱਕ ਮੀਟਿੰਗ ਜਿਹੜੀ ਆ ਉਹ ਕੀਤੀ ਜਾਏਗੀ ਜੀ ਜੀ ਰਾਜਨ ਇਸੇ ਖਬਰ ਤੇ ਸਾਡੀ ਲਗਾਤਾਰ ਨਿਗਾਹ ਬਣੀ ਰਹੇਗੀ ਤੁਸੀਂ ਇਸੇ ਖਬਰ ਤੇ ਲਗਾਤਾਰ ਬਣੇ ਰਹਿਣਾ ਫਿਲਹਾਲ ਦੇ ਲਈ ਧੰਨਵਾਦ ਸੋ ਪੰਜਾਬ ਵਿੱਚ ਹੋਏ ਦੋ ਦਹਿਸ਼ਤਗਰਦੀ ਹਮਲਿਆਂ ਤੋਂ ਬਾਅਦ ਸਰਹੱਦਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਪਾਰਲੀਮਾਨੀ ਕਮੇਟੀ ਵੱਲੋਂ ਅੱਜ ਅੰਮ੍ਰਿਤਸਰ ਵਿੱਚ ਸਰਹੱਦੀ ਇਲਾਕਿਆਂ ਦੇ ਵਿਧਾਇਕਾਂ ਨਾਲ ਜਿੱਥੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਸੁਰੇਸ਼ ਅਰੋੜਾ ਨਾਲ ਮੀਟਿੰਗ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਬੀਤੇ ਦਿਨ ਵੀ ਕਮੇਟੀ ਵੱਲੋਂ ਸਰਹੱਦੀ ਇਲਾਕੇ ਦਾ ਦੌਰਾ ਕੀਤਾ ਗਿਆ ਤੇ ਨਜ਼ਰ ਆਈਆਂ ਖਾਮੀਆਂ ਨੂੰ ਦੂਰ ਕਰਨ ਦੀ ਗੱਲ ਕਹੀ ਗਈ
दीनानगर अते पठानकोट दहशतगर्दी हमलों तो बाद पंजाब बॉर्डर नू ज्यादा मजबूत करने की गल चल रही है। इस विचाले 12 मैंबरी संयुक्त संसदी कमेटी ने गुरदासपुर अते पठानकोट विच इंडो पाक बॉर्डर का दौरा किया। कमेटी अपनी रिपोर्ट संसद विच सौंपेगी जिस विच बॉर्डर एरिया ते पाए जाने वाली खामियां का जिक्र किया जाएगा। संयुक्त संसदी कमेटी संसद विच रिपोर्ट सौंपेगी जिस विच फेंसिंग रिपेयरिंग फ्लड लाइट्स इंस्टॉलेशन अते बॉर्डर एरिया के किसानों दी मुश्किलों नू दूर किए जाने के बारे में लिखा जाएगा। फेंसिंग के साथ साथ फ्लड लाइट और जो कुछ चीज है ये सब कुछ का जरूरी है, तो इसीलिए जरूर हम लोग को कदम उठाएंगे, हमारा रिपोर्ट में जरूर हम लोग इसको बोलेंगे। पहला राजस्थान के बॉर्डर देखे, हूँ इतों पंजाब का बॉर्डर देखा, तो खास तौर पर बॉर्डर एरिए किसानों समस्या जो है कल तो 10 से 11 मीटिंग भी रखी है, तो वो मुश्किल किमें हल हो सकते हैं, की समस्या में सारी जान। इस तो बाद कमेटी मैंबर ने पठानकोट एयरबेस का भी दौरा किया जिथे दहशतगर्दा ने हमला किया। कमेटी चेयरमैन का कहना है कि कुछ सवाल बरकरार ने जिन्हों का जवाब लभना जरूरी है। अजय महाजन, जी मीडिया, पठानकोट। हुण पंजाब दी सियासत दी गल करिए तां अकाली बीजेपी गठजोड़ विच सीटां नूं लै के चल रही सशो पंज विचाले सुखबीर बादल दा वड्डा बयान सामने आया। उन्हां मुड़ दोहराया कि बीजेपी नूं विधानसभा चोणां विच 23 तों वध सीटां नहीं दित्तियां जाणगियां। 23 है सीटां नहीं ज्यादा मंग 23 है। यह है श्रोमणी अकाली दल दे प्रधान सुखबीर बादल दा 23 रन। सुखबीर बादल का यह बयान उस वेले आया जब अकाली बीजेपी गठजोड़ के रिश्तों दी तंदा पहला ही कमजोर हो रही ने, टिकटा की वंड नूं लैके वक्खो वक्ख सुर सुणन मिल रहे हैं। अमृतसर पहुंचे सुखबीर बादल ने दोहराया कि 23 तो एक सीट वध बीजेपी नूं नहीं दित्ती जाएगी। उधर बीजेपी आगू फैसला हाईकमान वालों किए जाने की गल कह रहे। मैं थोड़ा एक गल कर दिना, तुम अज भी हो 2017 देखो 23 है, सीटा नहीं ज्यादा मांग 23 है। देखिए वो तो अभी 23 सीट पे बोलेंगे ही, लेकिन मुझे लगता है कि हाई कमान से चर्चा के बाद मैं आज ये नहीं कह सकता, क्योंकि हम सब लोगों के सामने पंजाब यूनिट की बात आ चुकी है। अब हाई कमान जो तय करेगा कितनी सीटों पे लड़ना लड़ना कि नहीं लड़ना। सिर्फ टिकटां दी वांडी नहीं सगों गठजोड़ दे बरकरार रहने ते भी सस्पेंस कायम। बीजेपी हाईकमान इस पर फैसला करेगी ते अकाली दल दे प्रधान हाईकमान दे नाल मीटिंग करन तो बाद गठजोड़ विचाले 9 मास दा रिश्ता होण दा दावा कर रहे सन, पर मुड़ ही सवाल पुछे जाण ते जवाब देण तो बचते नजर आए। अकाली दल ते बीजेपी दा रिश्ता 9 मास दा रिश्ता है, किते टुट नहीं सकदा। 2017 की जंग तो पहला भाईवालों विचाले मचे घमसाण शांत करने की कोशिश दोवें धिरां वालों की जा रही है। हालांकि कई अजिहे मुद्दे ने जिन्हों लैके दोवां दे विचाले तकरार जारी। तकरार पूरी तरह नाल किवें शांत होगी इसकी तस्वीर आने वाले वेले च ही साफ हो सकेगी। राजन गोसाई, जी मीडिया, अमृतसर। उधर दूजे पासे कांग्रेस पार्टी नूं मजबूती देने मकसद नाल कैप्टन अमरिंदर सिंह भी हर हलके विच जाके लोकां नाल राबता कायम कर रहे ने। इस दौरान जदों फरीदकोट पुजे तां कुछ लोकां ने उन्हां दा राह रोक के गड्डी चों बाहर निकलण लई उन्हां नूं मजबूर कर दिता। कौन सने लोक ते की सी इन्हां दी नाराजगी रिपोर्ट च देखदे आं। फरीदकोट विच 2 दिनी दौरे ते पुजे पंजाब कांग्रेस दे कप्तान पार्टी वर्करां नूं मिल रहे सन कि इस दौरान कुछ लोगों ने कैप्टन के काफिले नूं घेर लिया अते नारेबाजी शुरू कर दी। दरअसल कैप्टन नूं घेरन वाले एक कांग्रेस दे ही फरीदकोट दे एक धड़े दे वर्कर ने, जिन्हां नूं नाराजगी सी कि कैप्टन उन्हां दी गल नहीं सुन रहे। इस तों बाद कैप्टन नूं मजबूरन अपनी गड्डी तों उतर के उन्हां नाल गलबात करनी पई। इस दौरान नाराज आगू सनी बराल टिकटां दी वंड नूं लै के पक्षपात दी शिकायत जाहिर करदे करदे भावुक भी हो गए। इस दौरान कैप्टन ने पार्टी विच किसी भी तरह की धड़ेबंदी तो इनकार किया अते कहा कि टिकटा की वंड हाईकमान के हाथ है। कोई नाराजगी नहीं, ग्रुपिज्म तो हर हर पार्टी होती है, थोड़ी बहुत कोई खबे होंगे कोई सज्जे होंगे कोई होंगे, पर है सारे पार्टी के नाम। सारा सिस्टम कुछ हो रहा है, इतों जाएगी रिकमेंडेशन
ਰਿਕਮੈਂਡੇਸ਼ਨ ਜਾਣੀ ਹੈ ਉੱਥੇ ਸਾਡੇ ਜਨਰਲ ਸੈਕਟਰੀਜ਼ ਦੀ ਕਮੇਟੀ ਹੁੰਦੀ ਹੈ ਉਹ ਤੋਂ ਬਾਅਦ ਜਾਏਗੀ ਕਾਂਗਰਸ ਇਲੈਕਸ਼ਨ ਕਮੇਟੀ ਕੋਲ ਜਿਹੜੇ ਕਾਂਗਰਸ ਪ੍ਰੈਜ਼ੀਡੈਂਟ ਔਰ ਵਾਈਸ ਪ੍ਰੈਜ਼ੀਡੈਂਟ ਉਹਦੀ ਉੱਥੇ ਫੈਸਲੇ ਪੰਜਾਬ ਕਾਂਗਰਸ ਦੇ ਕਪਤਾਨ ਹਰ ਹਲਕੇ ਵਿੱਚ ਜਾ ਕੇ ਲੋਕਾਂ ਨਾਲ ਰਾਬਤਾ ਬਣਾ ਰਹੇ ਨੇ ਪਰ ਨਾਲ ਹੀ ਕਾਂਗਰਸ ਦੇ ਵਰਕਰਾਂ ਨੂੰ ਭਰੋਸੇ ਵਿੱਚ ਲੈਣਾ ਵੀ ਕੈਪਟਨ ਲਈ ਵੱਡੀ ਚੁਣੌਤੀ ਹੋਵੇਗੀ ਕਿਉਂਕਿ 2012 ਦੀ ਕਾਂਗਰਸ ਦੀ ਹਾਰ ਵਿੱਚ ਵੀ ਅੰਦਰੂਨੀ ਬਗਾਵਤ ਹੀ ਵੱਡੀ ਵਜ੍ਹਾ ਬਣੀ ਸੀ ਬਿਊਰੋ ਰਿਪੋਰਟ ਜ਼ੀ ਮੀਡੀਆ ਫਰੀਦਕੋਟ ਹੁਣ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਦੇ ਬੈਨਰ ਹੇਠ ਛਪੇ ਸੰਵੇਦਨਸ਼ੀਲ ਪੋਸਟਰ ਤੇ ਸੂਬੇ ਦੀ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾਈ ਹੋਈ ਹੈ ਆਪ ਵੱਲੋਂ ਵਿਵਾਦਿਤ ਪੋਸਟਰ ਤੇ ਸਫਾਈ ਦੇਣ ਦੇ ਬਾਵਜੂਦ ਵਿਰੋਧੀ ਧਿਰਾਂ ਆਪ ਤੇ ਸਵਾਲਾਂ ਦੀ ਬੁਛਾੜ ਲਗਾਤਾਰ ਕਰ ਰਹੀਆਂ ਨੇ ਸੋਸ਼ਲ ਮੀਡੀਆ ਤੇ ਪਿੰਡਰਾਂ ਵਾਲੇ ਦੇ ਇਸ ਪੋਸਟਰ ਨੇ ਆਪ ਨੂੰ ਕਟਹਿਰੇ ਵਿੱਚ ਖੜਾ ਕੀਤਾ ਹੈ ਤਾਂ ਵਿਰੋਧੀਆਂ ਨੇ ਵੀ ਸਵਾਲਾਂ ਦੀ ਪੁਛਾੜ ਕਰ ਦਿੱਤੀ ਹੈ ਹਾਲਾਂਕਿ ਆਪ ਨੇ ਪੋਸਟਰ ਤੋਂ ਹੱਥ ਪਿੱਛੇ ਖਿੱਚਿਆ ਪਰ ਬੀਜੇਪੀ ਤੇ ਕਾਂਗਰਸ ਹੁਣ ਇਸ ਪੋਸਟਰ ਦੇ ਸਹਾਰੇ ਆਪ ਨੂੰ ਬਖਸ਼ਣ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੀਆਂ ਬੀਜੇਪੀ ਨੇ ਹੁਣ ਇੱਕ ਕਦਮ ਅੱਗੇ ਵਧਦੇ ਹੋਏ ਪਿੰਡਰਾਂ ਵਾਲੇ ਦੀ ਵਿਚਾਰਧਾਰਾ ਤੇ ਆਪ ਨੂੰ ਆਪਣਾ ਸਟੈਂਡ ਸਪਸ਼ਟ ਕਰਨ ਦੇ ਲਈ ਆਖਿਆ ਹੈ ਕੇਜਰੀਵਾਲ ਆਤੰਕਵਾਦੀਆਂ ਦੇ ਨਾਲ ਪੂਰੀ ਤਰ੍ਹਾਂ ਖੜਾ ਹੈ ਔਰ ਉਹਦੀ ਪੂਰੀ ਪਾਰਟੀ ਜਿਹੜੀ ਇਸ ਵੇਲੇ ਆਤੰਕੀਆਂ ਨਾਲ ਖੜੀ ਹੈ ਔਰ ਨਹੀਂ ਤਾਂ ਕੋਈ ਪੋਸਟਰ ਕਿਸੇ ਹੋਰ ਕਿਸੇ ਦਾ ਕਿਉਂ ਨਹੀਂ ਲੱਗ ਜਾਂਦਾ ਉਹਨਾਂ ਦੇ ਹੀ ਕਿਉਂ ਉਹਨਾਂ ਦੀਆਂ ਫੋਟੋਆਂ ਲੱਗਦੀਆਂ ਔਰ ਉਹ ਲਗਾਉਣ ਵਾਲੇ ਕੌਣ ਜਿਹੜਾ ਇਹਦੀ ਇਨਕੁਆਇਰੀ ਕਰਾ ਨਹੀਂ ਇਹ ਹੁਣ ਉਹ ਤਾਂ ਮੁੱਕਰ ਗਏ ਨੇ ਇਹ ਆਪ ਵਾਲਿਆਂ ਨੇ ਪਹਿਲਾਂ ਲਾਤਾ ਫਿਰ ਮੁੱਕਰ ਗਏ ਉਹੀ ਸਾਡੇ ਨਾਲ ਤਾਂ ਕੋਈ ਸੰਬੰਧ ਨਹੀਂ ਉਹ ਆਪ ਹੀ ਸਮਝਾਉਣ ਕਿ ਕੈਸੀ ਆਈ ਹੈ ਗੱਲ ਬੀਜੇਪੀ ਨੇ ਆਪ ਤੋਂ ਪਿੰਡਰਾਂ ਵਾਲੇ ਦੀ ਵਿਚਾਰਧਾਰਾ ਤੇ ਪਾਰਟੀ ਦਾ ਸਟੈਂਡ ਪੁੱਛਿਆ ਤਾਂ ਆਪ ਨੇ ਮੋੜਵਾਂ ਜਵਾਬ ਦਿੰਦੇ ਹੋਏ ਬੀਜੇਪੀ ਨੂੰ ਨਸੀਹਤ ਦਿੱਤੀ ਹੈ ਕਿ ਉਹ ਪਹਿਲਾਂ ਆਪਣੀ ਭਾਈਵਾਲ ਪਾਰਟੀ ਤੋਂ ਇਸ ਤੇ ਸਟੈਂਡ ਪੁੱਛ ਲੈਣ ਇਹ ਪਤਾ ਨਹੀਂ ਕਿਹੜਾ ਬੰਦਾ ਇਹੋ ਜਿਹੀਆਂ ਗੱਲਾਂ ਕਰ ਰਿਹਾ ਪੰਜਾਬ ਦੇ ਵਿੱਚ ਅਮਨ ਚੈਨ ਅਜਿਹੀਆਂ ਗੱਲਾਂ ਕੋਈ ਨਹੀਂ ਕਰਨੀਆਂ ਚਾਹੀਦੀਆਂ ਜਿਨ੍ਹਾਂ 'ਚ ਫਿਰਕਿਆਂ 'ਚ ਤਣਾਅ ਆਵੇ ਜਾਂ ਪੰਜਾਬ ਦੇ ਹਾਲਾਤਾਂ 'ਤੇ ਕੋਈ ਫਰਕ ਪਵੇ ਇਹ ਪਹਿਲਾਂ ਬਾਦਲ ਕੋਲੋਂ ਕੋ ਹੋਣ ਉਹ ਜਿਹਦੇ ਪਾਰਟਨਰ ਨੇ ਬਾਦਲ ਕਹੇ ਅਸੀਂ ਕਦੀ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਹਰ ਇੱਕ ਦੇ ਵਿਚਾਰ ਆਪਣੇ ਆਪਣੇ ਇਹ ਦੇਸ਼ ਗੁਲਦਸਤਾ ਹੈ ਜੇਕਰ ਆਪ ਇਸ ਪੋਸਟਰ ਤੋਂ ਹੱਥ ਖਿੱਚ ਰਹੀ ਹੈ ਤਾਂ ਸਵਾਲ ਇਹ ਉੱਠਦਾ ਹੈ ਕਿ ਇਹ ਪੋਸਟਰ ਕਿਸ ਨੇ ਛਾਪਿਆ ਸੀ ਜਿਸ ਤਰ੍ਹਾਂ ਨਾਲ ਅੱਜ ਇਸ ਵਿਵਾਦਿਤ ਪੋਸਟਰ ਤੇ ਬਹਿਸ ਛਿੜ ਗਈ ਹੈ ਕਿ ਇਹਦੇ ਪਿੱਛੇ ਇਹੀ ਮਕਸਦ ਸੀ ਆਖਿਰ ਕੌਣ ਦੇ ਰਿਹਾ ਹੈ ਅਜਿਹੇ ਮੁੱਦਿਆਂ ਨੂੰ ਹਵਾ ਅਤੇ ਕੀ ਹੈ ਇਸ ਦੇ ਪਿਛਲਾ ਮਕਸਦ ਇਸ ਦਾ ਪਤਾ ਲਾਉਣਾ ਜ਼ਰੂਰੀ ਹੈ ਕਿਉਂਕਿ ਸਵਾਲ ਸਿਆਸਤ ਤੋਂ ਵੱਧ ਕੇ ਪੰਜਾਬ ਦੀ ਅਮਨ ਦਾ ਹੈ ਪੰਕਜ ਕਪਾਹੀ ਜ਼ੀ ਮੀਡੀਆ ਦਿੱਲੀ ਪੰਜਾਬ ਦੀ ਸਿਆਸਤ ਤੋਂ ਬਾਅਦ ਹੁਣ ਹੋਰ ਖਬਰਾਂ ਦਾ ਰੁਖ ਕਰੀਏ ਤਾਂ ਜਲੰਧਰ ਸ਼ਹਿਰ ਦੀ ਖਬਰ ਹੈ ਜਿੱਥੋਂ ਦੇ ਦਹੇੜਾ ਪਿੰਡ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਮੁਹਿੰਮ ਦੇ ਸੁਪਨੇ ਨੂੰ ਸਾਕਾਰ ਕਰਦਾ ਨਜ਼ਰ ਆ ਰਿਹਾ ਹੈ ਇਹ ਪਿੰਡ ਪੂਰੇ ਦੇਸ਼ ਦੇ ਲਈ ਇੱਕ ਮਿਸਾਲ ਬਣ ਗਿਆ ਦਹੇੜਾ ਇੱਕ ਅਜਿਹਾ ਪਿੰਡ ਹੈ ਜਿੱਥੇ ਪਿੰਡ ਦੇ ਹੀ 11 ਲੋਕਾਂ ਨੇ ਸਰਕਾਰ ਦੇ NRI ਪਲਾਨ 1 ਤੇ NRI ਲੋਕਾਂ ਦੀ ਮਦਦ ਨਾਲ ਪਿੰਡ ਨੂੰ ਆਧੁਨਿਕ ਰੂਪ ਵਿੱਚ ਵਿਕਸਿਤ ਕਰ ਦਿੱਤਾ ਇਹ ਹੈ ਜਲੰਧਰ ਜ਼ਿਲ੍ਹੇ ਦਾ ਦੁਹੇੜਾ ਪਿੰਡ ਇੱਕ ਆਧੁਨਿਕ ਪਿੰਡ ਪੂਰੇ ਪਿੰਡ ਦੇ ਵਿੱਚ ਸਾਫ ਸਫਾਈ ਦੇਖਣ ਲਾਇਕ ਹੈ ਸੋਲਰ ਲਾਈਟਾਂ ਲੱਗੀਆਂ ਹੋਈਆਂ ਨੇ ਡਸਟਬਿਨ ਬਣਾਏ ਗਏ ਨੇ ਅਤੇ ਸਾਰੀਆਂ ਗਲੀਆਂ ਕੰਕਰੀਟ ਦੀਆਂ ਬਣਾਈਆਂ ਗਈਆਂ ਨੇ ਪਿੰਡ ਦੇ ਵਿੱਚ ਕਿਸੇ ਵੀ ਸੜਕ ਤੇ ਪਾਣੀ ਜਮ੍ਹਾਂ ਨਹੀਂ ਹੁੰਦਾ ਅਤੇ ਸਾਰੇ ਘਰਾਂ ਨੂੰ ਸੀਵਰੇਜ ਦੀ ਸੁਵਿਧਾ ਦਿੱਤੀ ਗਈ ਹੈ ਹਰ ਘਰ ਦੇ ਬਾਹਰ ਇੱਕ ਮੇਨ ਹੋਲ ਬਣਾ ਕੇ ਉਸ ਵਿੱਚ ਫਿਲਟਰ ਲਾਏ ਗਏ ਨੇ ਅਤੇ ਉੱਥੇ ਹੀ ਪੰਜਾਬ ਦਾ ਇਹ ਅਜਿਹਾ ਪਹਿਲਾ ਪਿੰਡ ਹੈ ਜਿੱਥੇ ਪਾਣੀ ਨੂੰ ਸਾਫ਼ ਕਰਨ ਦੇ ਲਈ ਵਾਟਰ ਟ੍ਰੀਟਮੈਂਟ ਅਤੇ ਵਾਟਰ ਡਿਸਪੋਜ਼ਲ ਯੂਨਿਟ ਲਾਈ ਗਈ ਹੈ ਪੀਣ ਵਾਲੇ ਪਾਣੀ ਦੇ ਲਈ ਅਲੱਗ ਤੋਂ ਪਾਈਪ ਪਾਏ ਗਏ ਨੇ ਅਤੇ ਨਾਲ ਹੀ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਪਿੰਡ ਦੇ ਵਿੱਚ ਕਈ ਸਾਫ਼ ਸੁਥਰੇ ਪਾਰਕ ਵੀ ਵਿਕਸਿਤ ਕੀਤੇ ਗਏ ਨੇ ਪਿੰਡ ਵਿੱਚ ਵਿਕਾਸ ਸੁਚੱਜੇ ਢੰਗ ਨਾਲ ਹੋਵੇ ਇਸ ਦੇ ਲਈ ਇੱਕ ਡਿਵੈਲਪਮੈਂਟ ਕਮੇਟੀ ਵੀ ਬਣਾਈ ਗਈ ਹੈ ਕਮੇਟੀ ਦੇ ਚੇਅਰਮੈਨ ਸੁਰਜੀਤ ਸਿੰਘ ਦੇ ਮੁਤਾਬਕ ਪਿੰਡ ਨੂੰ ਆਧੁਨਿਕ ਬਣਾਉਣ ਦੇ ਲਈ ਸਰਕਾਰ ਦੇ NRI ਪਲਾਨ 1 ਦੀ ਮਦਦ ਲਈ ਗਈ ਹੈ ਅਸੀਂ ਇਸ ਸਕੀਮ ਦੇ ਵਿੱਚ ਪਲਾਨ ਸਕੀਮ NRI 1 ਪੰਜਾਬ ਗੌਰਮੈਂਟ ਦੀ ਸਕੀਮ ਹੈ ਇਹਦੇ ਵਿੱਚ 25% ਅਸੀਂ ਬਾਹਰੋਂ ਅਸੀਂ NRI ਨੇ NGO ਨੇ ਦਿੱਤਾ ਜਿਨ੍ਹਾਂ ਵਿੱਚ ਮੈਂ ਇਸ ਦੂੜੇ ਦਾ ਚੇਅਰਮੈਨ ਹੋਣ ਦੇ ਨਾਤੇ ਬਾਹਰੋਂ 65,000 ਰੁਪਏ ਇਕੱਠਾ ਕਰਕੇ ਲਿਆਇਆ ਅਤੇ ਕੈਨੇਡਾ 'ਚ ਇਟਲੀ 'ਚ ਹੋਲੈਂਡ 'ਚ ਅਤੇ ਇੰਗਲੈਂਡ ਦੇ ਵਿੱਚ ਜਾਂ ਕੰਮ ਕਰਕੇ ਪੈਸੇ ਇਕੱਠੇ ਕੀਤੇ ਦੁਹੇੜਾ ਪਿੰਡ ਦੇ ਸਰਪੰਚ ਅਤੇ ਦੁਹੇੜਾ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਉਹ ਕਿਸੇ ਪਿੰਡ ਵਿੱਚ ਰਹਿੰਦੇ ਨੇ ਬਲਕਿ ਉਹਨਾਂ ਨੂੰ ਇੱਕ ਅਤਿ ਆਧੁਨਿਕ ਸ਼ਹਿਰ ਵਿੱਚ ਰਹਿਣ ਵਰਗਾ ਅਨੁਭਵ ਹੁੰਦਾ ਹੈ ਸਾਰੇ ਪਿੰਡ ਵਿੱਚ ਸੀਵਰੇਜ ਪੈ ਚੁੱਕਾ ਗਲੀਆਂ ਰਸਤੇ ਸਾਰੇ ਕੰਕਰੀਟ ਹੋਏ ਹੋਏ ਅਤੇ ਜਿਹੜਾ ਪਾਣੀ ਆ ਸੀਵਰੇਜ ਦਾ ਪਾਣੀ ਹੈ ਦੂਰ ਸ਼ਮਸ਼ਾਨ ਘਾਟ ਦੇ ਲਾਗੇ ਪੁੱਟ ਕੇ ਉਸ ਨੂੰ ਡੂੰਘਾ ਕੀਤਾ ਗਿਆ ਅਤੇ ਉੱਥੇ
ਪਲਾਂਟ ਲੱਗਾ, ਪਾਣੀ ਫਿਲਟਰ ਹੋ ਕੇ ਜਦੋਂ ਵੱਧ ਜਾਏਗਾ ਉਹ ਫਿਰ ਜ਼ਿਮੀਦਾਰ ਭਰਾਵਾਂ ਨੂੰ ਦਿੱਤਾ ਜਾਊ। ਬਹੁਤ ਹੀ ਇੱਕ ਬਹੁਤ ਵਧੀਆ ਨਮੂਨੇ ਦਾ ਪਿੰਡ ਬਣ ਗਿਆ। ਮੇਰਾ ਖਿਆਲ ਕਿ ਇਹੋ ਜਿਹਾ ਪਿੰਡ ਕੋਈ ਪੰਜਾਬ ਦੇ ਵਿੱਚ ਨਹੀਂ ਹੋਏਗਾ। ਅਤੇ ਅਸੀਂ ਸਾਰੇ ਭਾਵੇਂ ਸਵੇਰੇ 4 ਵਜੇ ਨਿਕਲ ਤੁਰੀਏ ਚਾਹੇ ਰਾਤ ਨੂੰ 10-11 ਵਜੇ ਤੱਕ ਅਸੀਂ ਬਾਹਰ ਉੱਥੇ ਸੈਰ ਕਰ ਸਕਦੇ ਹਾਂ ਅਤੇ ਉੱਥੇ ਸਾਨੂੰ ਕੋਈ ਇਹੋ ਜਿਹੀ ਦਿੱਕਤ ਨਹੀਂ ਆਉਂਦੀ। ਸਾਡੀ ਸੁਰੱਖਿਆ ਬਹੁਤ ਹੈ ਪਿੰਡ ਦੇ ਵਿੱਚ। ਦੁਹੇੜਾ ਪਿੰਡ ਦੇ ਲੋਕ ਇੱਕ ਸੇਧ ਦਿੰਦੇ ਨੇ ਕਿ ਜੇਕਰ ਧਾਰ ਲਵੋ ਤਾਂ ਮੰਜ਼ਿਲ ਮਿਲ ਹੀ ਜਾਂਦੀ ਹੈ। ਦੇਸ਼ ਭਰ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਨੂੰ ਦੁਹੇੜਾ ਪਿੰਡ ਦੇ ਵਿਕਾਸ ਦੀ ਕਹਾਣੀ ਤੋਂ ਸਬਕ ਸਿੱਖਣਾ ਚਾਹੀਦਾ ਹੈ। ਰਜੀਵ ਵਧਵਾ, ਜ਼ੀ ਮੀਡੀਆ, ਜਲੰਧਰ। ਹੁਣ ਰੁਕ ਕਰਦੇ ਹਾਂ ਸ਼ਹਿਰ ਰੂਪਨਗਰ ਦੀ ਖਬਰ ਦਾ, ਜਿੱਥੇ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਸਮਾਗਮ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ। ਇੱਥੇ 3 ਦਿਨਾਂ ਜੋੜ ਮੇਲਾ ਲੱਗਿਆ ਹੋਇਆ। 3 ਦਿਨਾਂ ਜੋੜ ਮੇਲੇ ਦੂਸਰੇ ਦਿਨ ਯਾਨੀ ਕੱਲ੍ਹ ਗੁਰਦੁਆਰਾ ਭੋਰਾ ਸਾਹਿਬ ਆਨੰਦਪੁਰ ਸਾਹਿਬ ਤੋਂ ਗੁਰੂ ਕੇ ਲਾਹੌਰ ਬਿਲਾਸਪੁਰ ਤੱਕ ਇੱਕ ਵਿਸ਼ਾਲ ਬਰਾਤ ਰੂਪੀ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਨੇ ਸ਼ਿਰਕਤ ਕੀਤੀ। ਵੀਰਵਾਰ ਨੂੰ ਖਾਲਸੇ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਵਿਖੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪੁਰਬ ਬੜੀ ਹੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਆਨੰਦਪੁਰ ਸਾਹਿਬ ਵਿਖੇ ਮੌਜੂਦ ਗੁਰੂ ਸਾਹਿਬ ਦੇ ਘਰ ਅਤੇ ਗੁਰਦੁਆਰਾ ਭੋਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮਾਲ ਸਿੰਘ ਨੇ ਅਰਦਾਸ ਕੀਤੀ। ਉਸ ਤੋਂ ਬਾਅਦ ਗੁਰਦੁਆਰਾ ਭੋਰਾ ਸਾਹਿਬ ਤੋਂ ਬਰਾਤ ਰੂਪੀ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੇ ਸ਼ਿਰਕਤ ਕੀਤੀ। ਨਗਰ ਕੀਰਤਨ ਦੇ ਪੂਰੇ ਰਸਤੇ ਵਿੱਚ ਥਾਂ ਥਾਂ ਤੇ ਸੰਗਤ ਵੱਲੋਂ ਵੱਖ ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ। ਇਹ ਵਿਸ਼ਾਲ ਨਗਰ ਕੀਰਤਨ ਦੇਰ ਸ਼ਾਮ ਗੁਰਦੁਆਰਾ ਸੇਰਾ ਸਾਹਿਬ ਪਹੁੰਚਣ ਤੋਂ ਬਾਅਦ ਗੁਰਦੁਆਰਾ ਗੁਰੂ ਕਾ ਲਾਹੌਰ ਬਿਲਾਸਪੁਰ ਜਾ ਕੇ ਸਮਾਪਤ ਹੋਇਆ। ਵਿਸ਼ਾਲ ਨਗਰ ਕੀਰਤਨ 5 ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸਜਾਇਆ ਗਿਆ। ਤਰ੍ਹਾਂ ਤਰ੍ਹਾਂ ਦੇ ਲੰਗਰ ਬਾਹਰ ਪਿੰਡਾਂ ਤੋਂ, ਹਰੇਕ ਪਿੰਡਾਂ ਤੋਂ ਸੰਗਤਾਂ ਆ ਕੇ ਤੇ 2-4 ਦਿਨ ਪਹਿਲਾਂ ਲੰਗਰ ਲਾਉਂਦੀਆਂ। ਅਖੰਡ ਪਾਠ ਸਾਹਿਬ ਵੀ ਕਰਦੇ, ਸੰਗਤ ਸੇਵਾ ਬਹੁਤ ਕਰਦੀ ਧਰਮਾਂ ਨਾਲ। ਅੱਜ ਅਖੰਡ ਪਾਠ ਦੀ ਸੰਪੂਰਨਤਾ ਤੋਂ ਬਾਅਦ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਵਿਖੇ ਵਿਸ਼ਾਲ ਦੀਵਾਨ ਸਜੇ ਹਨ, ਜਿਹਦੇ ਵਿੱਚ ਤਖ਼ਤ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਕੀਰਤਨ ਅਤੇ ਢਾਡੀ ਸਿੰਘਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਗੁਰਦੁਆਰਾ ਗੁਰੂ ਕਾ ਲਾਹੌਰ ਦਾ ਇਤਿਹਾਸ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਨਾਲ ਜੁੜਿਆ ਹੋਇਆ। ਸਤਿਕਾਰਯੋਗ ਬਾਬਾ ਹਰਜਸ ਜੀ ਦੀ ਸਪੁੱਤਰੀ ਬੀਬੀ ਜੀਤੋ ਜੀ, ਸਤਿਕਾਰਯੋਗ ਸਤਿਗੁਰੂ ਦੇ ਮਹਿਲ ਸਾਡੇ ਮਾਤਾ ਜੀ ਨੂੰ ਵਿਆਹਣ ਵਾਸਤੇ ਬਾਬਾ ਹਰਜਸ ਜੀ ਦੀ ਬੇਨਤੀ ਪ੍ਰਵਾਨ ਕਰਕੇ ਦਸ਼ਮੇਸ਼ ਪਿਤਾ ਨੇ ਨਵਾਂ ਗੁਰੂ ਕਾ ਲਾਹੌਰ ਸ਼ਹਿਰ ਵਸਾਇਆ ਸੀ। ਜ਼ਿਕਰਯੋਗ ਹੈ ਕਿ ਹਰ ਸਾਲ ਬਸੰਤ ਪੰਚਮੀ ਦੇ ਮੌਕੇ ਦਸ਼ਮੇਸ਼ ਪਿਤਾ ਦੇ ਵਿਆਹ ਦੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿਖੇ 3 ਦਿਨਾਂ ਜੋੜ ਮੇਲੇ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਵਾਰ ਵੀ ਦੇਸ਼ ਵਿਦੇਸ਼ ਤੋਂ ਆਈ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੇ ਇਸ 3 ਦਿਨਾਂ ਜੋੜ ਮੇਲੇ ਦਾ ਖੂਬ ਆਨੰਦ ਮਾਣਿਆ। ਬਿਮਲ ਕੁਮਾਰ ਦੇ ਨਾਲ ਜ਼ੀ ਮੀਡੀਆ, ਸ੍ਰੀ ਆਨੰਦਪੁਰ ਸਾਹਿਬ। ਦੱਸ ਦਈਏ ਕਿ ਦਸਮ ਪਿਤਾ ਦੇ ਵਿਆਹ ਪੁਰਬ ਸੰਬੰਧੀ ਜੋੜ ਮੇਲੇ ਦਾ ਅੱਜ 3ਰਾ ਦਿਨ ਹੈ ਤੇ ਅੱਜ ਵੀ ਆਨੰਦਪੁਰ ਸਾਹਿਬ ਵਿਖੇ ਜੋੜ ਮੇਲੇ ਦੀਆਂ ਰੌਣਕਾਂ ਦੇਖਣ ਨੂੰ ਮਿਲਣਗੀਆਂ। ਅੱਜ ਬਸੰਤ ਪੰਚਮੀ ਹੈ, ਇਸ ਮੌਕੇ ਤੇ ਬਾਜ਼ਾਰ ਵਿੱਚ ਪਤੰਗਾਂ ਦੀਆਂ ਦੁਕਾਨਾਂ ਸੱਜ ਚੁੱਕੀਆਂ ਨੇ। ਇਸ ਵਾਰ ਪਤੰਗਾਂ ਤੇ ਸਿਆਸੀ ਤੇ ਮਨੋਰੰਜਨ ਜਗਤ ਦਾ ਰੰਗ ਚੜਿਆ ਹੋਇਆ। ਬਸੰਤ ਪੰਚਮੀ ਦੇ ਮੌਕੇ ਤੇ ਪਤੰਗਾਂ ਦੇ ਨਾਲ ਬਾਜ਼ਾਰ ਸੱਜ ਚੁੱਕੇ ਨੇ। ਬਾਜ਼ਾਰ ਵਿੱਚ ਆਏ ਪਤੰਗਾਂ ਤੇ ਸਿਆਸੀ ਰੰਗ ਵੀ ਨਜ਼ਰ ਆ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਸਿਆਸੀ ਆਗੂਆਂ ਦੀਆਂ ਤਸਵੀਰਾਂ ਵਾਲੇ ਪਤੰਗਾਂ ਦੀ ਬਾਜ਼ਾਰ ਦੇ ਵਿੱਚ ਭਰਮਾਰ ਹੈ। ਇਸ ਤੋਂ ਇਲਾਵਾ ਸਲਮਾਨ ਖਾਨ, ਕੈਟਰੀਨਾ ਕੈਫ, ਹਨੀ ਸਿੰਘ ਅਤੇ ਐਨੀਮੇਟਡ ਭੀਮ ਦੀਆਂ ਤਸਵੀਰਾਂ ਵਾਲੇ ਪਤੰਗ ਵੀ ਲੋਕਾਂ ਨੂੰ ਖੂਬ ਭਾ ਰਹੇ ਨੇ। ਪਰ ਝੰਡੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਸਵੀਰਾਂ ਵਾਲੇ ਪਤੰਗਾਂ ਦੀ ਹੈ ਅਤੇ ਇਸ ਦੀ ਮੰਗ ਬੱਚਿਆਂ ਤੋਂ ਲੈ ਕੇ ਹਰ ਵਰਗ ਦੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਸਾਡੇ ਕੋਲ ਹਰੇਕ ਪਾਰਟੀ ਦੇ ਪਤੰਗ ਹੈਗੇ ਜੀ, ਨਰਿੰਦਰ ਮੋਦੀ ਦੇ ਪਤੰਗ ਹੋ ਗਏ, ਆਮ ਪਾਰਟੀ ਦੇ ਪਤੰਗ ਹੋ ਗਏ। ਅਸੀਂ ਹੁਣ ਬਹੁਤ ਹੀ ਉਤਸ਼ਾਹ ਨਾਲ ਮਨਾਵਾਂਗੇ ਬਸੰਤ ਪੰਚਮੀ ਦਾ, ਬਹੁਤ ਉਤਸ਼ਾਹ ਨਾਲ ਮਨਾ ਰਹੇ ਹਾਂ ਅਤੇ ਲੋਕ ਵੀ ਸਾਡੇ ਕੋਲੋਂ ਬੜੇ ਮੋਦੀ ਜੀ ਦੇ ਪਤੰਗ ਬੜੇ ਮੰਗ ਰਹੇ ਆ ਜੀ। ਅਤੇ ਇਲੈਕਸ਼ਨਾਂ ਨੂੰ ਦੇਖ ਕੇ ਦੇਖੋ ਜੀ, ਅੱਗੇ ਇਲੈਕਸ਼ਨ ਆ ਰਹੇ ਆ ਅਤੇ ਉਹਨਾਂ ਨੂੰ ਦੇਖਦੇ ਹੋਏ ਸਾਡੇ ਕੋਲ ਪੋਲੀਟੀਕਲ ਪਾਰਟੀ ਵਾਲੇ ਵੀ ਲੈ ਕੇ ਜਾ ਰਹੇ ਆ ਪਤੰਗ। ਲੋਕਾਂ ਵਿੱਚ ਪਤੰਗਾਂ ਨੂੰ ਲੈ ਕੇ ਦਿਖ ਰਹੇ ਉਤਸ਼ਾਹ ਤੋਂ ਦੁਕਾਨਦਾਰ ਵੀ ਖੁਸ਼ ਨੇ। ਇਹੀ ਵਜ੍ਹਾ ਕਿ ਇਸ ਵਾਰ 1 ਫੁੱਟ ਤੋਂ ਲੈ ਕੇ 20 ਫੁੱਟ ਤੱਕ ਦੇ ਪਤੰਗ ਬਾਜ਼ਾਰ ਵਿੱਚ ਆਏ ਨੇ ਅਤੇ ਕੀਮਤ ਦੇ ਪੱਖੋਂ ਵੀ ਵੱਖ ਵੱਖ ਵਰਾਇਟੀਆਂ ਬਾਜ਼ਾਰ ਵਿੱਚ ਮੌਜੂਦ ਨੇ। ਗੋਬਿੰਦ ਸੈਣੀ, ਜ਼ੀ ਮੀਡੀਆ, ਬਠਿੰਡਾ। 10 ਵਜੇ ਦਾ ਸ਼ਹਿਰ ਦੀਆਂ ਖਬਰਾਂ ਦੇ ਵਿੱਚ ਫਿਲਹਾਲ ਲਈ ਇੱਥੇ ਇਜਾਜ਼ਤ ਚਾਹਾਂਗੇ। ਇਜਾਜ਼ਤ ਦਿਓ, ਧੰਨਵਾਦ।